ਹੈਲੋ ਦੋਸਤੋ 6ਵੇਂ ਕਲਾਸ ਤੋਂ ਆਪਾਂ ਸੰਖਿਆਵਾਂ ਤੇ ਗੱਲ ਕਰਨੀ ਸ਼ੁਰੂ ਕੀਤੀ ਹੋਈ ਐ ਕੁਦਰਤੀ ਸੰਖਿਆਵਾਂ ਪੂਰਨ ਸੰਪੂਰਨ ਪਰਿਮੇ ਅੱਜ ਆਪਾਂ ਜਿਹੜੀ ਗੱਲ ਕਰਨ ਜਾ ਰਹੇ ਆ ਦਸਮੇਂ ਕਲਾਸ ਤੱਕ ਦੀ ਕੰਪਲੀਟ ਸਟਡੀ ਵਾਸਤਵਿਕ ਸੰਖਿਆਵਾਂ ਰੀਅਲ ਨੰਬਰਸ ਬਾਰੇ ਗੱਲ ਕਰਨ ਜਾ ਰਹੇ ਆ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਬਿਲਕੁਲ ਸਟਾਰਟਿੰਗ ਤੋਂ ਕੁਦਰਤੀ ਸੰਖਿਆਵਾਂ ਨੈਚੁਰਲ ਨੰਬਰਸ ਕਿਹੜੇ ਹੁੰਦੇ ਨੇ ਜੋ ਗਿਣਨਯੋਗ ਹੁੰਦੇ ਆ 1 2 3 4 ਇਹ ਸਾਰੀਆਂ ਆਪਣੀਆਂ ਕਿਹੜੀਆਂ ਨੇ ਕੁਦਰਤੀ ਸੰਖਿਆਵਾਂ ਐ ਇਹਨਾਂ ਨੂੰ ਲਿਖਿਆ ਜਾਂਦਾ ਹੈ ਕੈਪੀਟਲ ਐਨ ਵੱਡੀ ਐਨ ਦੇ ਨਾਲ ਕੁਦਰਤੀ ਸੰਖਿਆਵਾਂ ਨੈਕਸਟ ਆਪਾਂ ਗੱਲ ਕਰਦੇ ਆ ਪੂਰਨ ਸੰਖਿਆਵਾਂ ਦੀ ਹੋਲ ਨੰਬਰਸ ਇਹ ਕਿਹੜੀਆਂ ਹੁੰਦੀਆਂ ਜ਼ੀਰੋ ਵਿੱਚ ਅਟੈਚ ਹੋ ਗਈ ਤਾਂ ਜ਼ੀਰੋ ਅਤੇ ਸਾਰੀਆਂ ਜਿਹੜੀਆਂ ਕੁਦਰਤੀ ਸੰਖਿਆਵਾਂ ਨੇ ਉਹ ਕਿਹੜੀਆਂ ਹੁੰਦੀਆਂ ਪੂਰਨ ਸੰਖਿਆਵਾਂ ਇਹਨੂੰ ਕੀ ਬੋਲਦੇ ਨੇ W ਨਾਲ ਲਿਖਿਆ ਜਾਂਦਾ ਫੇਰ ਆਪਣੇ ਕੋਲੇ ਹੁੰਦੀਆਂ ਸੰਪੂਰਨ ਸੰਖਿਆਵਾਂ ਇੰਟੀਜਰਸ ਸਾਰੀਆਂ ਮਾਈਨਸ ਦੀਆਂ ਜ਼ੀਰੋ ਅਤੇ ਪਲੱਸ ਦੀਆਂ ਸੰਖਿਆਵਾਂ ਮਿਲ ਕੇ ਕੀ ਹੁੰਦੀਆਂ ਨੇ ਸੰਪੂਰਨ ਸੰਖਿਆਵਾਂ ਇਸ ਕੁਝ ਗੱਲਾਂ ਤੇ ਗੱਲ ਕਰਾਂਗੇ ਇੰਟੀਜਰਸ ਨੂੰ ਲਿਖਿਆ ਜਾਂਦਾ ਆਈ ਜਾਂ ਜ਼ੈਟ ਜ਼ੈਟ ਇੱਕ ਵਰਡ ਜਰਮਨ ਹੈ ਜ਼ੈਮਲਿੰਨ ਜਿਸ ਦਾ ਮਤਲਬ ਹੁੰਦਾ ਕਾਊਂਟਿੰਗ ਤਾਂ ਇਹਦਾ ਮਤਲਬ ਇਹਨੂੰ ਆਈ ਜਾਂ ਜ਼ੈਟ ਨਾਲ ਲਿਖਿਆ ਜਾਂਦਾ ਹੁਣ ਅਗਰ 1 2 3 ਦੀ ਗੱਲ ਕਰਨਗੇ ਤਾਂ ਉਹ ਹੁੰਦਾ ਆਈ ਪਲੱਸ ਧਨਾਤਮਕ ਸੰਪੂਰਨ ਸੰਖਿਆਵਾਂ ਇਹ ਹੁੰਦਾ ਆਈ ਮਾਈਨਸ i ਇੱਕ ਇੱਥੇ ਹੋਰ ਟਰਮ ਆਉਂਦੀ ਹੈ ਨੋਨ 네ਗੇਟਿਵ ਨੋਨ ਪੋਜ਼ਿਟਿਵ ਨੋਨ 네ਗੇਟਿਵ ਕੀ ਹੁੰਦੇ ਆ ਜ਼ੀਰੋ ਤੇ i ਪਲੱਸ ਮਤਲਬ ਜ਼ੀਰੋ 1 2 3 4 ਇਹ ਸਾਰੇ ਦੇਖੋ ਪੋਜ਼ਿਟਿਵ ਕਲੀਆਂ ਇਹ ਹੋਗੀਆਂ 1 2 3 ਪਰ ਜਦੋਂ ਨੌਨ 네ਗੇਟਿਵ ਦੀ ਗੱਲ ਕਰਨਗੇ ਤਾਂ ਜ਼ੀਰੋ 1 2 3 ਹੁੰਦਾ ਹੈ ਤਾਂ ਨੌਨ ਪੋਜ਼ਿਟਿਵ ਫਿਰ ਕਿਹੜੇ ਹੋਗੇ ਜ਼ੀਰੋ -1 -2 ਕారణ ਕੀ ਫਰਕ ਹੈ ਦੇ ਵਿੱਚ ਇਹਨਾਂ ਦੋਹਾਂ ਚ ਇੱਕ ਜ਼ੀਰੋ ਦਾ ਫਰਕ ਹੈ ਕਿਉਂਕਿ ਜ਼ੀਰੋ ਦੇ ਅੱਗੇ ਆਪਾਂ ਕਦੇ ਵੀ ਮਾਈਨਸ ਜ਼ੀਰੋ ਜਾਂ ਪਲੱਸ ਜ਼ੀਰੋ ਨਹੀਂ ਲਗਾਉਂਦੇ ਉਹਨੂੰ ਆਪਾਂ ਐਜ਼ ਇਟ ਇਜ਼ ਲਿਖਦੇ ਹਾਂ 4 4 ਨੂੰ ਆਪਾਂ ਜ਼ੀਰੋ ਲਿਖਾਂਗੇ ਆਪਾਂ ਕਦੇ ਵੀ ਮਾਈਨਸ ਜਾਂ ਪਲੱਸ ਜ਼ੀਰੋ ਨਹੀਂ ਲਿਖਦੇ ਕਿਉਂਕਿ ਤਾਂ ਹੀ ਜ਼ੀਰੋ ਨੂੰ नॉन नेगेटिव या नॉन पॉजिटिव एक टर्म बोल देने तो इस गलते अपना की करना हम थोड़ा ध्यान रखना है तो यह चीज़ अपने को आ गई संपूर्ण संख्याव रिलेटेड इस तो बाद आ गया अपने को ले, अगला सिस्टम जो चलता है वह किसान चलता है रैशनल नंबरसा परिमे संख्या रैशनल नंबरस ਪਰਿਮੇਯ ਸੰਖਿਆਵਾਂ ਕਿਹੜੀਆਂ ਹੁੰਦੀਆਂ ਉਹ ਸੰਖਿਆਵਾਂ ਜੋ ਪੀ ਵਟਾ ਕਿਊ ਰੂਪ ਵਿੱਚ ਹੋਣ ਕਿਊ ਬਰਾਬਰ ਨਹੀਂ ਜ਼ੀਰੋ ਦੇ ਮਤਲਬ ਹਰ ਜ਼ੀਰੋ ਦੇ ਬਰਾਬਰ ਨਹੀਂ ਹੋਣਾ ਚਾਹੀਦਾ ਅਤੇ ਪੀ ਅਤੇ ਕਿਊ ਕਿਹੜੀਆਂ ਸੰਖਿਆਵਾਂ ਨੇ ਸੰਪੂਰਨ ਸੰਖਿਆਵਾਂ ਇੰਟੀਜਰਸ ਨੇ ਉਹ ਕਿਹੜੀਆਂ ਹੁੰਦੀਆਂ ਨੇ ਆਪਣੇ ਕੋਲੇ ਪਰਿਮੇਯ ਸੰਖਿਆਵਾਂ ਹੁੰਦੀਆਂ ਇਹਦੀ ਇੱਕ ਡੈਫੀਨੇਸ਼ਨ ਹੋਰ ਹੈ ਦਸ਼ਮਲਵ ਰੂਪ ਦੇ ਵਿੱਚ ਦਸ਼ਮਲਵ ਰੂਪ ਦੇ ਵਿੱਚ ਇਸ ਡੈਫੀਨੇਸ਼ਨ ਤੋਂ ਪਹਿਲਾਂ ਆਪਾਂ ਇੱਕ ਗੱਲ ਕਰਦੇ ਹਾਂ ਦਸ਼ਮਲਵ ਦੇ ਵਿੱਚ ਡੈਸੀਮਲ ਫਾਰਮੈਟ ਦੇ ਵਿੱਚ ਟੂ ਟਾਈਪਸ ਹੁੰਦੀਆਂ ਨੇ ਸ਼ਾਂਤ ਦਸ਼ਮਲਵ ਟਰਮੀਨੇਟਿੰਗ ਅਸ਼ਾਂਤ ਦਸ਼ਮਲਵ ਨੋਨ ਟਰਮੀਨੇਟਿੰਗ ਇਹ ਆਪਣੇ ਕੋਲ ਦੋ ਟਾਈਪਸ ਹੁੰਦੀਆਂ ਫਰਦਰ ਅਸ਼ਾਂਤ ਦੀਆਂ ਦੋ ਨੇ ਅਵਰਤੀ रिकरिंग अनआवर्ती नॉन रिकरिंग तो दशमलव ਦੇ ਤਿੰਨ ਟਾਈਪਸ ਨੇ ਬੇਸਿਕਲੀ ਸ਼ਾਂਤ ਅਸ਼ਾਂਤ आवर्ती ਅਸ਼ਾਂਤ अनआवर्ती ਤਾਂ ਰੈਸ਼ੀਨਲ ਨੰਬਰ ਦੀ ਪ੍ਰਿਮੇય ਸੰਖਿਆਵਾਂ ਦੀ ਡਿਫੀਨੇਸ਼ਨ ਕੀ ਹੈ ਜੋ ਦਸ਼ਮਲਵ ਸ਼ਾਂਤ ਹੋਣ ਅਤੇ ਅਸ਼ਾਂਤ ਅਵਰਤੀ ਹੋਣ ਉਹਨਾਂ ਨੂੰ ਆਪਾਂ ਐਕਚੁਅਲ ਦੇ ਵਿੱਚ ਕੀ ਹੈ ਪੀ ਵਰਟੇ ਕਿਓ ਫਾਰਮਸ ਜਿਵੇਂ ਆਪਾਂ 9ਥ ਕਲਾਸ 'ਚ ਸਟੱਡੀ ਕੀਤੀ ਹੋਈ ਹੈ ਉਸ ਨੂੰ ਇਹਨਾਂ ਦੋਹਾਂ ਦਸ਼ਮਲਵ ਨੂੰ ਆਪਾਂ ਪੀ ਵਰਟੇ ਕਿਓ ਰੂਪ 'ਚ ਲਿਖ ਸਕਦੇ ਹਾਂ ਇਸੇ ਕਰਕੇ ਇਹ ਦੋਨੋਂ ਕਿਹੜੇ ਨੇ ਪਰਮੇਸ਼ ਸੰਖਿਆਵਾਂ ਨੇ ਤਾਂ ਫਿਰ ਪਰਮੇਸ਼ ਸੰਖਿਆਵਾਂ ਦੀਆਂ ਦੋ ਪਰਿਭਾਸ਼ਾਵਾਂ ਨੇ ਆਪਾਂ ਜਿਸ ਤੇ ਗੱਲ ਕਰਨੀ ਹੈ ਨੈਕਸਟ ਆ ਗਿਆ ਆਪਣੇ ਕੋਲੇ ਇਰੈਸ਼ਨਲ ਨੰਬਰਸ ਇੱਕ ਚੀਜ਼ ਮੈਂ ਸੌਰੀ ਭੁੱਲ ਗਿਆ ਇਹਨਾਂ ਨੂੰ ਕਿਊ ਨਾਲ ਲਿਖਿਆ ਜਾਂਦਾ ਹੈ ਕੈਪੀਟਲ ਕਿਊ ਨਾਲ ਕੋਸ਼ੀਐਂਟ ਹੈ ਜਿਹਦਾ ਮਤਲਬ ਕਿਉਂਕਿ ਇਹ ਵਟਿਆਂ ਚ ਹੁੰਦੀਆਂ ਨੇ ਤਾਂ ਰੈਸ਼ੀਨਲ ਨੰਬਰਸ ਨੂੰ ਆਪਾਂ ਕਿਊ ਨਾਲ ਲਿਖ ਸਕਦੇ ਹਾਂ ਇਰੈਸ਼ੀਨਲ ਨੰਬਰਸ ਆਪ ਪਰਿਮੇ ਸੰਖਿਆਵਾਂ ਤੋਂ ਨਾਮ ਦੱਸ ਰਿਹਾ ਜੋ ਪਰਿਮੇ ਨਾ ਹੋਣ ਜਾਂ ਜਿਨ੍ਹਾਂ ਨੂੰ ਪੀ ਵਟੇ ਕਿਊ ਰੂਪ ਵਿੱਚ ਲਿਖਿਆ ਨਹੀਂ ਜਾ ਸਕਦਾ ਉਹ ਕਿਹੜੀਆਂ ਹੁੰਦੀਆਂ ਨੇ ਅਪਰਮੇ ਤੇ ਜੇ ਮੈਂ ਦਸ਼ਮਲਵ ਦੇ ਹਿਸਾਬ ਨਾਲ ਗੱਲ ਕਰਾਂ ਆ ਦੋਨੋਂ ਆਪਣੀਆਂ ਕਿਹੜੀਆਂ ਹੋ ਗਈਆਂ ਸੀ ਪਰਿਮੇ ਤੇ ਉਹ ਫਿਰ ਕਿਹੜੀ ਹੋ ਗਈ ਅਪਰਮੇ ਜੋ ਅਸ਼ਾਂਤ ਅਨਵਰਤੀ ਹੈ ਦਸ਼ਮਲਵ ਰੂਪ ਦੇ ਵਿੱਚ ਹੈ ਉਹ ਆਪਣੀਆਂ ਕਿਹੜੀਆਂ ਸੰਖਿਆਵਾਂ ਹੁੰਦੀਆਂ ਨੇ ਅਪਰਿਮੇ ਸੰਖਿਆਵਾਂ ਹੁੰਦੀਆਂ ਉਦਾਹਰਨ √2 ਅਨਰੂਡ 10 ਅਨਰੂਡ 4 ਨਹੀਂ ਆਂਦਾ ਕਿਉਂ ਕਿ ਇਹਨੂੰ ਆਪਾਂ ਹੱਲ ਕਰ ਰਹੇ ਹਾਂ ਹੱਲ ਕਰਕੇ ਇੱਥੇ ਅਨਰੂਡ ਖਤਮ ਹੋ ਰਿਹਾ ਹੈ ਤਾਂ ਕਹਿਣ ਦਾ ਮਤਲਬ ਜਿਹੜਾ ਅਨਰੂਡ ਖਤਮ ਨਹੀਂ ਹੁੰਦਾ ਉਹ ਕੋਈ ਵੀ ਕਾਣਮੂਲ ਵੀ ਹੋ ਸਕਦਾ ਹੈ ਨਹੀਂ ਆਪਾਂ ਉਹਨੂੰ ਹੱਲ ਕਰ ਸਕਦੇ ਜਾਂ ਹੱਲ ਕਰਨ ਤੋਂ ਬਾਅਦ ਅਨਰੂਡ ਜਾਂ ਕਾਣਮੂਲ ਜਾਂ ਨਿਸ਼ਾਨ ਵਿੱਚ ਰਹਿ ਰਿਹਾ ਹੈ ਉਹ ਸਾਰੇ ਆਪਣੇ ਕੋਲ ਕਿਹੜੀਆਂ ਹੁੰਦੀਆਂ ਅਪਰਮੇਸ਼ ਸੰਖਿਆਵਾਂ ਹੁੰਦੀਆਂ ਪਰ ਜਦੋਂ ਮੈਂ ਦਸ਼ਮਲਵ ਰੂਪ ਚ ਗੱਲ ਕਰੂੰਗਾ ਤਾਂ ਇੱਕ ਚੀਜ਼ ਦੇਖੋ ਇੱਥੇ ਦਸ਼ਮਲਵ ਰੂਪ ਹੋ ਗਿਆ ਸ਼ਾਂਤ ਜਾਂ ਆਪਾਂ ਕਹਿੰਦੇ ਆ ਬਾਰ ਆਲਾ ਜਿੱਥੇ ਇੱਕ ਸੰਖਿਆ ਬਾਰ ਬਾਰ ਆ ਰਹੀ ਹੈ ਪਰੰਤੂ ਕਿਉਂਕਿ ਅਵਰਤੀ ਦਾ ਮਤਲਬ ਹੁੰਦਾ ਇੱਕ ਸਿਸਟਮ ਦੇ ਵਿੱਚ ਬਾਰ ਬਾਰ ਆਨਾ ਪਰ ਇੱਥੇ ਕੀ ਹੈ 4.21 ਦੇਖੋ ਇੱਥੇ ਧਿਆਨ ਨਾਲ ਕਿਹ ਫਰਕ ਪਾ ਰਿਹਾ ਹੈ ਮੈਂ 1 2 1 ਆ ਗਿਆ ਫਿਰ 2 2 ਵਾਰ 2 2 1 ਆ ਗਿਆ ਫਿਰ ਟ੍ਰਿਪਲ 2 ਵਾਰ ਮਤਲਬ ਅਗਰ ਦੇਖੇ 21 ਰਿਪੀਟ ਤਾਂ ਹੋ ਰਿਹਾ ਪਰ ਉਹ ਸਿਸਟਮ ਇਹਦੇ ਇਸ ਦਾ ਕੀ ਸੀ 37 ਤੋਂ ਬਾਅਦ ਫਿਰ 37 ਆ ਰਿਹਾ ਫਿਰ 37 ਆ ਰਿਹਾ ਪਰੰਤੂ ਇੱਥੇ ਇਹਨਾਂ ਦੇ ਵਿੱਚ ਇੱਕ ਵਾਰ ਦੋ ਆ ਗਿਆ ਦੋ ਬਾਰ ਦੋ ਆ ਗਿਆ ਤਾਂ ਇਹ ਚੀਜ਼ ਜਾਣੇ ਇਹਦੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜੋ ਇੱਕ ਬੜਾ ਇੰਪੋਰਟੈਂਟ ਕੁਐਸਚਨ ਹੈ ਅਪਰਿਮੇਸ਼ ਸੰਖਿਆ ਦਾ ਪਾਈ ਦੇ ਨਾਲ ਜੋ ਪਾਈ ਹੈ ਜੋ ਸਿੰਬਲ ਹੈ ਆਪਣਾ ਉਹ ਇੱਕ ਅਪਰਿਮੇਸ਼ ਸੰਖਿਆ ਹੈ ਕਿਉਂ ਹੈ ਤੁਹਾਡੇ ਦਿਮਾਗ ਚ ਨੇ ਚੱਲ ਰਹੇ ਹੋਣੀ ਹੈ ਤੁਹਾਡੇ ਦਿਮਾਗ ਚ ਚੱਲ ਰਹੇ ਹਨ ਕਿਉਂਕਿ ਪਾਈ ਦੀ ਕੀਮਤ ਆਪਾਂ 22/7 ਜਾਂ 3.14 ਲੈ ਕੇ ਚੱਲਦੇ ਆ ਇਸ ਕਰਕੇ ਇਹ ਪਰਮੇ ਹੈ ਕਿਉਂਕਿ ਆ ਪੀ ਵਟ ਕਿਹੜਾ ਰੂਪ ਚ ਹੈ ਇਹ 6.9 ਹੈ ਇਸ ਕਰਕੇ ਕੀ ਹੈ ਇਹ ਪਰਮੇ ਹੈ ਪਰ ਨਹੀਂ ਕਾਰਨ ਕੀ ਹੈ ਅਸਲ ਵਿੱਚ ਪਾਈ ਚੱਕਰ ਦੇ ਘੇਰੇ ਦਾ ਚੱਕਰ ਦੇ ਵਿਆਸ ਦਾ ਅਨੁਪਾਤ ਹੈ ਅਸਲ ਚ ਪਾਈ ਦੀ ਪਰਿਭਾਸ਼ਾ ਇਹ ਹੈ ਚੱਕਰ ਦਾ ਘੇਰਾ ਦੇਖੋ 2 पाई, पाई आर ਵਿਆਸ ਹੋ ਗਿਆ 2 आर ਕੱਟ ਗਿਆ ਪਿੱਛੇ ਕਿੰਨਾ ਰਹਿ ਗਿਆ पाई ਅਸਲ ਚ ਪਾਈ ਇਹ ਹੈ ਤਾਂ ਜੋ ਮੈਥਮੈਟਿਸ਼ੀਅਨ ਹੋਏ ਨੇ ਉਹਨਾਂ ਨੇ ਕੀ ਕੀਤਾ ਸਪੋਜ਼ ਮੈਂ ਇੱਕ ਉਹ ਸਰਕਲ ਬਣਾ ਰਿਹਾ ਇੱਕ ਆਪਾਂ ਉਹਦਾ ਵਿਆਸ ਬਣਾ ਰਿਹਾ ਡਾਇਮੀਟਰ ਬਣਾ ਰਿਹਾ ਇੱਕ ਛੋਟੀ ਜਿਹੀ ਐਗਜ਼ਾਮਪਲ ਲੈ ਕੇ ਸਮਝਾ ਰਿਹਾ ਇੱਥੇ ਇੱਕੋ ਸਾਈਜ਼ ਦੇ ਬਟਨ ਲਾਤੇ ਘੇਰੇ ਤੇ ਤੇ ਵਿਆਸ ਤੇ ਹੈ ਤਾਂ ਜਦੋਂ ਉਹਦਾ ਅਨੁਪਾਤ ਕੱਢਿਆ ਕੇਰੇ ਤੇ ਬਟਨਾਂ ਦਾ ਤੇ ਵਿਆਜ ਦਾ ਅਨੁਪਾਤ ਕੱਢਿਆ ਤਾਂ ਉਹ ਕੀਮਤ ਆ ਗਈ 1.415 ਅਪ ਟੂ ਸੋਨ ਚੱਲੀ ਗਈ ਇਹ ਜਿਹੜਾ ਦਸ਼ਮਲਵ ਰੂਪ ਆਇਆ ਸੀ ਕਿਉਂਕਿ ਚੱਕਰ ਦੇ ਸਾਈਜ਼ ਵਿੱਚ ਛੋਟਾ ਵੱਡਾ ਹੋ ਸਕਦਾ ਹੈ ਬਟਨ ਦੇ ਸਾਈਜ਼ ਦਾ ਵੀ ਛੋਟਾ ਵੱਡਾ ਹੋ ਸਕਦਾ ਹੈ ਮਾਈਕਰੋ ਨੈਨੋ ਜਿੰਨੇ ਮਰਜ਼ੀ ਲੈ ਲਓ ਤਾਂ ਜਿਹੜਾ ਇਹ ਦਸ਼ਮਲਵ ਰੂਪ ਆਇਆ ਨਾ ਸਾਰਾ ਇਹ ਉਹਨਾਂ ਨੇ ਮਿਲੀਅਨ ਬਿਲੀਅਨ ਡਿਜੀਟਸ ਤੱਕ ਅੰਕਾਂ ਤੱਕ ਹੱਲ ਕੀਤਾ ਤਾਂ ਉਹਨਾਂ ਨੇ ਕੀ ਦੇਖਿਆ ਜਿਹੜਾ ਇਹ ਦਸ਼ਮਲਵ ਰੂਪ ਆਇਆ ਨਾ ਉਹੋ ਰੂਪ ਅਸਲ ਦੇ ਵਿੱਚ ਅਸ਼ਾਂਤ ਤੇ ਅਨਾਵਰਤੀ ਸੀ ਤੁਸੀਂ ਇੰਟਰਨੈਟ ਤੇ ਵੀਲਿਊ ਚੈੱਕ ਕਰ ਸਕਦੇ ਹੋ ਕਰੋੜਾਂ ਖਰਬਾਂ ਡਿਜੀਟਸ ਤੱਕ ਸੋਲਵ ਕੀਤੀ ਗਈ ਪਰ ਡਿਜੀਟ ਕੋਈ ਵੀ ਰਿਪੀਟ ਨਹੀਂ ਹੋਇਆ ਦੂ ਟੂ ਥਿਸ ਰੀਜ਼ਨ ਆਪਾਂ ਕਹਿੰਦੇ ਆ ਪਾਈ ਇੱਕ ਅ ਪਰਮੇ ਸੰਖਿਆ ਹੁਣ ਕੁਐਸਚਨ ਇਹ ਉੱੜਦਾ ਆਪਾਂ 22/7 ਜਾਂ 3.14 ਕਿਉਂ ਲੈ ਕੇ ਚੱਲਦੇ ਆ ਕੁਐਸਚਨ ਇਹ ਉੱੜਦਾ ਕਿਉਂਕਿ ਜਿਹੜਾ ਪਾਈ ਹੈ ਕੋਈ ਵੀ ਆਪਣਾ ਗੋਲ ਵਸਤੂ ਹੈ ਸਰਕਲ ਆਬਜੈਕਟ ਹੈ ਉਸ ਦਾ ਏਰੀਆ ਪੈਰਾਮੀਟਰ ਸਰਫੇਸ ਏਰੀਆ ਕੱਢਣ ਦੇ ਕੰਮ ਆਉਂਦਾ ਹੈ ਕਿਉਂਕਿ ਜਦੋਂ ਕਿ ਇਹ ਪ੍ਰੈਕਟੀਕਲ ਲਾਈਫ ਦੇ ਵਿੱਚ ਕੰਮ ਆਣਾ ਤਾਂ ਇਹਦੀ ਕੋਈ ਨਾ ਕੋਈ ਵੈਲਿਊ ਨਿਸ਼ਚਿਤ ਕਰਨਾ ਜ਼ਰੂਰੀ ਸੀ ਤਾਂ ਮੈਥਮੈਟਿਕੀਸ਼ੀਅਨ ਨੇ ਕੀ ਕੀਤਾ 22/7 ਜਾਂ 3.14 ਜਾਂ ਆਪਾਂ 10th ਕਲਾਸ ਇੱਕ ਵੈਲਿਊ ਹੋਰ ਯੂਜ਼ ਕਰਾਂਗੇ 355/113 ਇਹ ਜਿਹੜੀਆਂ ਤਿੰਨੋਂ ਵੈਲਿਊਜ਼ ਸੀ ਅਗਰ ਤੁਸੀਂ ਚੈੱਕ ਕਰੋਗੇ ਉਹ ਇਹਦੇ ਨਾਲ ਮਿਲਦੀਆਂ ਸੀ ਪਹਿਲੇ ਦੋ ਅੰਕਾਂ ਨੂੰ ਉਹਨਾਂ ਨੇ ਪਹਿਲੇ ਦੋ ਅੰਕਾਂ ਨੂੰ ਫਿਕਸ ਕਰ ਲਿਆ ਜਦੋਂ 22/7 ਕਰਕੇ ਦੇਖੋਗੇ ਇਹ ਅਪਰੋਕਸੀਮੇਟ 3.14 ਆਜੂ ਇਹ ਵੀ ਅਪਰੋਕਸੀਮੇਟ 3.14 ਆਜੂ ਤਾਂ ਇਹ ਜਿਹੜੀਆਂ ਵੈਲਿਊਜ਼ ਨੇ ਉਹ ਇਹਦੀਆਂ ਲਗਭਗ ਕੀਮਤਾਂ ਨੇ ਅਸਲ ਕੀਮਤਾਂ ਨਹੀਂ ਹੈਗੀਆਂ ਹੁਣ ਇੱਥੇ ਦੇਖੋ ਮੈਂ ਇੱਕ ਸਿੰਬਲ ਚੇਂਜ ਕਰ ਰਿਹਾ ਆਹ ਬਰਾਬਰ ਦਾ ਨਿਸ਼ਾਨ ਇਹ ਹੈ ਪਰ ਇਹ ਲਗਭਗ ਕੀਮਤਾਂ ਨੇ ਇਹਦਾ ਨਿਸ਼ਾਨ ਇਹ ਹੁੰਦਾ ਮੈਂ ਤਾਂ ਹੀ ਇਹ ਕਹਿ ਰਿਹਾ ਜੋ 22/7 ਤੇ 3.14 ਹੈ ਉਹ ਇਹਦੀਆਂ ਲਗਭਗ ਕੀਮਤਾਂ ਨੇ ਕੁਐਸਚਨ ਨੂੰ ਹੱਲ ਕਰਨ ਦੀਆਂ ਪਰੰਤੂ ਅਸਲ ਦੇ ਵਿੱਚ ਪਾਈ ਆਪਣੇ ਆਪ ਦੇ ਵਿੱਚ ਕੀ ਹੈ ਇੱਕ ਅਪ੍ਰਿਮੇ ਸੰਖਿਆ ਹੈ ਪਾਈ ਦੇ ਨਾਲ ਇੱਕ ਫੰਕਸ਼ਨ ਹੋਰ ਵੀ ਹੈ ਮੈਦ ਦਾ e ਇਹ ਤੁਸੀਂ 10th ਤੋਂ ਬਾਅਦ ਪੜੋਗੇ ਐਕਸਪੋਨੈਂਸ਼ੀਅਲ ਫੰਕਸ਼ਨ ਹੈ ਇਹ ਵੀ ਕੀ ਹੈ ਇੱਕ ਅਪਰਮੇਖ ਸੰਖਿਆ ਇਹਦੀ ਵੈਲਿਊ ਲਗਭਗ 2.718 ਤੱਕ ਹੁੰਦੀ ਹੈ ਇੱਕ ਸਿਰਫ ਨੌਲੇਜ ਲਈ ਮੈਂ ਦੱਸ ਰਿਹਾ ਜਾਂ ਇਹ ਕਹਿ ਸਕਦੇ ਹੋ 2 ਤੇ 3 ਦੇ ਵਿਚਕਾਰ ਹੁੰਦੀ ਹੈ ਇਹ ਦੋ ਬੜੇ ਇੰਪੋਰਟੈਂਟ ਕੁਐਸਚਨਸ ਨੇ ਜਿਹੜੇ ਪਰਿਮੇ ਤੇ ਅਪਰਮੇ ਤੇ ਆਉਂਦੇ ਨੇ ਤੇ ਨੈਕਸਟ ਆਪ ਤੇ ਅਪਰਮੇ ਦਾ ਕੋਈ ਵੀ ਸਿੰਬਲ ਨਹੀਂ ਹੈਗਾ ਜਿਵੇਂ ਬਾਕੀਆਂ ਦਾ ਐਨ, ਡਬਲਯੂ ਜਾਂ ਜ਼ੈਡ ਸੀ ਲਾਸਟ ਆ ਗਿਆ ਵਾਸਤਵਿਕ ਸੰਖਿਆਵਾਂ ਜੋ ਆਪਣਾ ਟੌਪਿਕ ਦਾ ਟਾਈਟਲ ਹੈ ਰੀਅਲ ਨੰਬਰਸ ਪਰਿਮੇ ਅਤੇ ਅਪਰਿਮੇ ਸੰਖਿਆਵਾਂ ਦੇ ਕੰਪਲੀਟ ਸਮੂਹ ਨੂੰ ਕੀ ਕਹਿੰਦੇ ਨੇ ਰੀਅਲ ਨੰਬਰਸ ਕਹਿੰਦੇ ਨੇ ਵਾਸਤਵਿਕ ਸੰਖਿਆਵਾਂ ਕਹਿੰਦੇ ਨੇ ਮਤਲਬ ਜਦੋਂ ਜਿੰਨਾ ਆਪਾਂ ਹੁਣ ਤੱਕ ਪੜ੍ਹਿਆ ਨੂੰ ਸਾਰ ਨੂੰ ਇਕੱਠਾ ਕਰ ਦਈਏ ਇਹ ਆਪਣਾ ਕੀ ਬਣ ਗਿਆ ਵਾਸਤਵਿਕ ਸੰਖਿਆਵਾਂ ਹੁਣ ਛੋਟੇ ਜਿਹਾ ਡਾਇਗਰਾਮ ਬਣਾ ਰਹੇ ਹਾਂ ਜਿਸ ਤੋਂ ਆਪਣੇ ਕਾਫੀ ਕੁਐਸਚਨਸ ਆ ਰਹੇ ਨੇ सब तो पहला देखो अपने को सी कुदरती संख्याव जिन्हों लिखिया फिर अपने को ले आ गई पूर्ण संख्याव होल नंबर्स, फिर अपने को ले आ गई संपूर्ण संख्याव इंटीजर्स फिर अपने को ले आ गई परिमे संख्याव रैशनल नंबरस ਇੱਕ ਬਾਕਸ ਮੈਂ ਰੈਕਟੈਂਗਲ ਬਣਾ ਰਿਹਾ ਇੱਕ ਇਹ ਹੋ ਗਈ ਵਾਸਤਵਿਕ ਸੰਖਿਆਵਾਂ ਦੀ ਇਹਨੂੰ R ਨਾਲ ਲਿਖਿਆ ਜਾਂਦਾ ਹੈ ਰੀਅਲ ਨੰਬਰਸ ਤਾਂ ਜਿਹੜੀ ਆ ਜਗ੍ਹਾ ਬਚ ਗਈ ਇੱਥੇ ਦੇਖੋ ਬਾਕੀ ਤਾਂ ਦੇਖੋ ਸਖਸਤਰਕਲਾਂ ਦੇ ਵਿੱਚ ਪਈ ਹੈ ਇਹ ਜਗ੍ਹਾ ਬਚ ਗਈ ਇਹਦੇ ਵਿੱਚ ਆ ਗਿਆ ਆਪਣੇ ਕੋਲੇ ਅਪ੍ਰਿਮੇ ਸੰਖਿਆ ਅਪਰਿਮੇ ਸੰਖਿਆਵਾਂ ਠੀਕ ਮਤਲਬ ਕੁਦਰਤੀ ਸੰਖਿਆਵਾਂ ਇਸ ਚੱਕਰ ਦੇ ਵਿੱਚ ਬੰਦ ਹੋ ਗਈਆਂ ਪੂਰਨ ਸੰਖਿਆਵਾਂ ਇਸ ਚੱਕਰ ਦੇ ਵਿੱਚ ਬੰਦ ਹੋ ਗਈਆਂ ਨੈਕਸਟ ਸੰਪੂਰਨ ਇਸ ਦੇ ਵਿੱਚ ਹੋ ਗਿਆ ਪ੍ਰਿਮੇ ਇਸ ਦੇ ਵਿੱਚ ਹੋ ਗਿਆ ਅਪਰਿਮੇ ਇੱਥੇ ਰਹਿ ਗਿਆ ਇਹ ਹੋ ਗਿਆ ਵਾਸਤਵਿਕ ਹੁਣ ਜੋ ਕੁਐਸਚਨ ਹੈ ਇਹ ਉੱਪਰੋਂ ਚੱਲਦਾ ਹੈ ਦੇਖੋ ਆਹ ਤੀਰ ਸਿਰਫ ਆ ਚਾਰ ਚੱਕਰ ਨੇ ਆਪਣੇ ਕੋਲੇ ਇੱਕ ਮੈਂ ਬਿੰਦੀਆਂ ਲਗਾ ਰਿਹਾ ਦੋ ਤਿੰਨ ਚਾਰ ਆਪਣੇ ਕੋਲੇ ਆ ਚਾਰ ਚੱਕਰ ਨੇ ਤਾਂ ਜੋ ਇੰਪੋਰਟੈਂਟ ਚੀਜ਼ ਹੈ ਇਹ تیر ਅੰਦਰੋਂ ਬਾਹਰ ਚਲਦਾ ਹੈ ਮਤਲਬ ਕੀ ਹੈ ਇਹਦਾ ਹਰੇਕ ਕੁਦਰਤੀ ਸੰਖਿਆ ਅੰਦਰੋਂ ਦੇਖੋ ਪੂਰਨ ਹੁੰਦੀ ਹੈ ਹਰੇਕ ਕੁਦਰਤੀ ਸੰਖਿਆ ਪੂਰਨ ਸੰਖਿਆ ਹਰੇਕ ਕੁਦਰਤੀ ਸੰਖਿਆ ਸੰਪੂਰਨ ਸੰਖਿਆ ਹਰੇਕ ਕੁਦਰਤੀ ਸੰਖਿਆ ਪਰਿਮੇ ਸੰਖਿਆ ਹੁਣ ਹਰੇਕ ਪੂਰਨ ਸੰਪੂਰਨ ਸੰਖਿਆ ਹਰੇਕ ਪੂਰਨ ਪਰਿਮੇ ਹੈ ਪਰ ਇਹ ਅੰਦਰ ਨੂੰ ਨਹੀਂ ਆਊਗਾ ਹਰੇਕ ਪੂਰਨ ਕੁਦਰਤੀ ਨਹੀਂ ਹੁਣ ਸੰਪੂਰਨ ਦੇ ਟਰਨ ਆ ਗਈ ਹਰੇਕ ਸੰਪੂਰਨ ਪਰ ਸੰਪੂਰਨ ਪੂਰਨ ਤੇ ਕੁਦਰਤੀ ਨਹੀਂ ਹੈਗਾ ਸੇ ਅੱਗੇ ਇਹ ਸਾਰੀਆਂ ਕਿਉਂਕਿ ਵਾਸਤਵਿਕ ਦਾ ਪਾਰਟ ਹੈ ਤਾਂ ਇਹ ਸਾਰੀਆਂ ਤਾਂ ਵਾਸਤਵਿਕ ਹੈਗੇ ਨੇ ਕਿਉਂਕਿ ਵਾਸਤਵਿਕ ਦੇ ਡੱਬੇ ਦੇ ਵਿੱਚ ਆ ਗਿਆ ਹਰੇਕ ਕੁਦਰਤੀ ਵਾਸਤਵਿਕ ਹੈ ਹਰੇਕ ਪੂਰਨ ਵਾਸਤਵਿਕ ਹੈ ਹਰੇਕ ਸੰਪੂਰਨ ਵਾਸਤਵਿਕ ਹੈ ਹਰੇਕ ਪ੍ਰਿਮੇਵ ਵਾਸਤਵਿਕ ਹੈ ਹਰੇਕ ਅਪ੍ਰਿਮੇਵ ਵਾਸਤਵਿਕ ਹੈ ਪਰ ਇੱਕ ਚੀਜ਼ ਜਿਹੜੀ ਇੰਪੋਰਟੈਂਟ ਦੇਖੋ ਪ੍ਰਿਮੇ ਸਿਰਫ ਇਸ ਬਾਕਸ ਦੇ ਵਿੱਚ ਨੇ ਮੈਂ ਇਹਨੂੰ ਥੋੜਾ ਗ੍ਰੀਨ ਕਲਰ ਕਰ ਰਿਹਾ ਇਹ ਸਾਰਾ ਆਪਣਾ ਜੋ ਗ੍ਰੀਨ ਕਲਰ ਹੈ ਇਹ ਕੀ ਹੈ ਪਰਿਮੇਯ ਸੰਖਿਆਵਾਂ ਦਾ ਤੇ ਰੈੱਡ ਕਲਰ ਕੀ ਹੋ ਗਿਆ ਅਪਰਿਮੇਯ ਦਾ ਤਾਂ ਇਹ ਆਪਸ ਵਿੱਚ ਅਲੱਗ-ਅਲੱਗ ਨੇ ਹਰੇਕ ਆਪਰਿਮੇ ਪਰਿਮੇ ਨਹੀਂ ਹੈਗੀ ਪਰਿਮੇ ਅਪਰਿਮੇ ਨਹੀਂ ਹੈਗੀ ਤੇ ਜਦੋਂ ਪਰਿਮੇ ਨਹੀਂ ਹੈਗੀ ਤਾਂ ਅਚਾਰੋ ਕੁਦਰਤੀ ਵੀ ਅਪਰਿਮੇ ਨਹੀਂ ਹੈਗੀ ਪੂਰਨ ਵੀ ਅਪਰਿਮੇ ਨਹੀਂ ਹੈਗੇ ਸੰਪੂਰਨ ਵੀ ਅਪਰਿਮੇ ਨਹੀਂ ਹੈਗੀ ਤਾਂ ਇਹ ਇੱਕ ਫਲੋ ਚਾਰਟ ਬਣਾਇਆ ਜਿਸ ਦੇ ਨਾਲ ਆਪਾਂ ਕਵੈਸਚਨ ਜਿਵੇਂ ਆਪਣੇ ਕੋਲੇ ਆ ਸਕਦਾ ਟ੍ਰੂ ਫਾਲਸ ਕਿਹੜਾ ਕਿਹੜਾ ਕਥਨ ਸਹੀ ਹੈ ਆਪਾਂ ਟੈਕਲ ਕਰ ਸਕਦੇ ਆ ਤਾਂ ਦੋਸਤੋ ਇਹ ਸੀ ਆਪਣੀ ਸੰਖਿਆ ਪ੍ਰਣਾਲੀ ਨੰਬਰ ਸਿਸਟਮ ਬਾਰੇ ਇਨਫੋਰਮੇਸ਼ਨ ਥੈਂਕ ਯੂ